Chamadan. ਰੇਡੀਓ ਪੰਜਾਬ ਟੂਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਕੰਨਿਓਂ ਅਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਕੰਨਿਓਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ਾਮਦੀਦ। ਗੱਲ ਕਰਦੇ ਹਾਂ ਬੀਜੇਪੀ ਵੱਲੋਂ ਸ਼ਿਵ ਸੈਨਾ ਨੂੰ ਭਲੋਸਣ ਦਾ। ਢਿੱਲੋਂ ਸਾਹਿਬ, ਕੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕੀ ਚਾਹੁੰਦੀ ਹੈ ਸ਼ਿਵ ਸੈਨਾ ਤੋਂ ਬੀਜੇਪੀ? ਬੀਜੇਪੀ ਸ਼ਿਵ ਸੈਨਾ ਤੋਂ ਚਾਹੁੰਦੀ ਇਹ ਹੈ ਵੀ ਸਾਡੇ ਨਾਲ ਰਹੋ ਇੰਡੀਆ 'ਚ, ਕਿਉਂਕਿ ਜਿਸ ਕਿਸਮ ਦੇ ਹਾਲਾਤ ਬਣ ਗਏ, ਪੋਲੀਟੀਕਲ ਹਾਲਾਤ ਜੀ, ਉਹ ਬਹੁਤੇ ਬੀਜੇਪੀ ਦੇ ਹੱਕ 'ਚ ਭੁਗਤਦੇ ਜਾਪਦੇ ਨਹੀਂ। ਇਸ ਵਾਸਤੇ ਜਿਹੜੀ ਸ਼ਿਵ ਸੈਨਾ ਭਾਵੇਂ ਕੇਂਦਰ ਦੇ ਵਿੱਚ ਵੀ ਹਿੱਸੇਦਾਰ ਹੈਗੀ ਹੈ ਅਤੇ ਨਾਲ ਮਹਾਰਾਸ਼ਟਰ ਦੇ ਵਿੱਚ ਵੀ ਹੈ, ਪਰ ਐਲਾਨ ਉਹਨਾਂ ਨੇ ਪਹਿਲਾਂ ਕੀਤਾ ਹੋਇਆ ਸ਼ਿਵ ਸੈਨਾ ਵਾਲਿਆਂ ਨੇ ਕਿ 2019 ਦੀਆਂ ਚੋਣਾਂ ਅਸੀਂ ਮਿਲ ਕੇ ਨਹੀਂ ਲੜਾਂਗੇ ਜੀ, ਅਲੱਗ ਅਲੱਗ ਲੜਾਂਗੇ, ਭਾਜਪਾ ਨਾਲ ਨਹੀਂ ਰਹਾਂਗੇ। ਉਹਨਾਂ ਪ੍ਰਸਥਿਤੀਆਂ ਦੇ ਵਿੱਚ ਹੁਣ ਭਾਜਪਾ ਨੂੰ ਥੋੜ੍ਹਾ ਜਿਹਾ ਇਹ ਅਹਿਸਾਸ ਹੁੰਦਾ ਹੈ, ਮਹਿਸੂਸ ਹੁੰਦਾ ਹੈ ਕਿ ਜੇ ਆਪਦੇ ਛੱਡ ਕੇ ਚਲੇ ਗਏ ਤਾਂ ਕੱਖ ਹੀ ਨਹੀਂ ਬੈਠਿਆ ਜਾਣਾ, ਇਸ ਕਰਕੇ ਇਹਨਾਂ ਨੂੰ ਨਾਲ ਰੱਖੀਏ। ਕਿਉਂਕਿ ਜੇ ਪਹਿਲਾਂ ਦੇਖੀਏ ਆਪਾਂ ਤਾਂ TDP ਜੀ, ਤੇਲਗੂ ਦੇਸ਼ਮ ਪਾਰਟੀ ਹੈ ਜਿਹੜੀ ਆਂਧਰਾ ਪ੍ਰਦੇਸ਼ ਦੀ, ਉਹਨਾਂ ਨੇ ਵੀ ਅਲਵਿਦਾ ਕਹਿਤਾ ਹੈ ਭਾਜਪਾ ਨੂੰ ਜੀ, ਅਤੇ ਕੱਲ੍ਹ ਹੀ TDP ਦੇ ਮੁਖੀ ਚੰਦਰ ਬਾਬੂ ਨਾਇਡੂ ਦਿੱਲੀ ਆਏ ਸੀ ਜੀ, ਉਹਨਾਂ ਨੇ ਕੇਜਰੀਵਾਲ ਨਾਲ ਵੀ ਮੀਟਿੰਗ ਕੀਤੀ ਹੈ। ਉਹਨਾਂ ਨੂੰ ਪੁੱਛਿਆ ਅਖਬਾਰਾਂ ਵਾਲਿਆਂ ਨੇ, ਮੀਡੀਆ ਵਾਲਿਆਂ ਨੇ ਜਿਨ੍ਹਾਂ ਨਾਲ ਉਹਨਾਂ ਨੇ ਗੱਲ ਕੀਤੀ ਜੀ, ਕਿ ਤੁਸੀਂ 2019 ਨੂੰ ਲੈ ਕੇ ਕੀ ਕਰੋਗੇ, ਕਿਹਦੇ ਨਾਲ ਤੁਸੀਂ ਆਪਣੀ ਕਰੋਗੇ ਗੱਠਜੋੜ ਕਰੋਗੇ, ਇਹਦੇ ਬਾਰੇ ਦੱਸੋ। ਤਾਂ ਉਹਨਾਂ ਨੇ ਸਾਫ਼ ਕਹਿਤਾ ਸੀ ਵੀ ਅਜੇ ਤੱਕ ਮੇਰੇ ਪੱਤੇ ਸਾਰੇ ਆ ਜਿਹੜੇ ਉਹ ਛਾਤੀ ਨਾਲ ਲੱਗੇ ਹੋਏ ਆ, ਮੈਂ ਖੋਲੂੰਗਾ ਨਹੀਂ ਹਾਲੇ ਜੀ, ਪਰ ਇਹ ਜ਼ਰੂਰ ਹੈ ਕਿ ਅਸੀਂ ਹਮੇਸ਼ਾ ਹੀ TDP ਹੈ ਜਿਹੜੀ, ਉਹਦਾ ਰੋਲ ਚੋਣਾਂ ਦੇ ਵਿੱਚ ਫੈਸਲਾ ਕੌਣ ਹੁੰਦਾ ਹੈ ਜੀ, ਅਤੇ ਫੈਸਲਾ ਕੌਣ ਭੂਮਿਕਾ ਨਿਭਾਵਾਂਗੇ। ਪਰ ਇੱਕ ਗੱਲ ਉਹ ਬਹੁਤ ਕੰਮ ਦੀ ਕਹਿ ਕੇ ਗਏ ਹੈ ਜੀ, ਉਹ ਕਹਿੰਦੇ ਵੀ ਹੁਣ ਜਿਹੜੀ BJP ਹੈ ਨਾ, ਇਹ BJP ਉਹ ਨਹੀਂ ਰਹੀ ਜਿਹੜੀ ਲਾਲ ਕ੍ਰਿਸ਼ਨ ਅਡਵਾਨੀ ਦੇ ਜ਼ਮਾਨੇ 'ਚ ਹੁੰਦੀ ਸੀ ਜਾਂ ਅਟਲ ਬਿਹਾਰੀ ਵਾਜਪਾਈ ਦੇ ਜ਼ਮਾਨੇ 'ਚ ਹੁੰਦੀ ਸੀ ਜੀ। ਉਦੋਂ ਕਹਿੰਦੇ ਅਟਲ ਬਿਹਾਰੀ ਵਾਜਪਾਈ ਦੇ ਯੁੱਗ ਵਿੱਚ ਜਿਹੜੇ ਹਿੱਸੇਦਾਰ ਹੁੰਦੇ ਸੀ NDA ਦੇ ਹਿੱਸੇਦਾਰ, ਉਹਨਾਂ ਨੂੰ ਵੀ ਮਾਣ ਸਨਮਾਨ ਪੂਰਾ ਮਿਲਦਾ ਸੀ ਜੀ, ਪਰ ਹੁਣ ਕਹਿੰਦੇ ਗੱਲ ਉਹ ਹੈ ਨਹੀਂ। ਹੁਣ ਕਹਿੰਦੇ ਉਹਨਾਂ ਨੂੰ ਅਜਿਹੀ ਪਾਰਟੀ ਚਾਹੀਦੀ ਹੈ, ਉਹ ਉਸ ਪਾਰਟੀ ਨੂੰ ਬਰਦਾਸ਼ਤ ਕਰਦੇ ਜਿਹੜੀ ਪਾਰਟੀ BJP ਦੇ ਮੁਕਾਬਲਤਨ ਕਮਜ਼ੋਰ ਹੋਵੇ ਜੀ, ਅਤੇ ਜਿਹਨੂੰ ਆਪਦੀਆਂ ਸ਼ਰਤਾਂ ਦੇ ਮੁਤਾਬਕ ਉਹ ਤੋਰ ਸਕੇ। ਜਿਹੜੀ ਪਾਰਟੀ ਥੋੜ੍ਹੀ ਜਿਹੀ ਗੈਰਤਮੰਦ ਹੁੰਦੀ ਹੈ, ਜਿਹਦੀ ਵਿੱਚ ਥੋੜ੍ਹੀ ਜਿਹੀ ਅਣਖ ਹੁੰਦੀ ਹੈ, ਥੋੜ੍ਹੀ ਜਿਹੀ ਹਿੱਕ ਕੱਢ ਕੇ ਤੁਰਨ ਵਾਲੀ ਪਾਰਟੀ, ਉਹਦੇ ਫਿਰ ਕਹਿੰਦੇ ਪੈਰ ਨਹੀਂ ਲੱਗਣ ਦਿੰਦੇ, ਉਹਨੂੰ ਇਹ ਖੇਹ ਖਰਾਬ ਬੜਾ ਕਰਦੇ। ਉਹਨਾਂ ਨੇ ਆਪਦੀ ਮਿਸਾਲ ਦਿੱਤੀ ਹੈ ਵੀ ਜਦੋਂ ਆਂਧਰਾ ਪ੍ਰਦੇਸ਼ ਨੂੰ ਤੋੜਿਆ ਗਿਆ ਜੀ, ਇਹਨੂੰ ਵੰਡਿਆ ਗਿਆ, ਤਾਂ ਇਹ ਪਾਰਲੀਮੈਂਟ ਦੇ ਵਿੱਚ ਇੱਕ ਰੈਜੂਲੇਸ਼ਨ ਪਾਸ ਹੋਇਆ ਸੀ, ਅਤੇ ਜਿਨ੍ਹਾਂ ਪਾਰਟੀਆਂ ਨੇ ਉਸ ਰੈਜੂਲੇਸ਼ਨ ਦੇ ਹੱਕ ਦੇ ਵਿੱਚ ਵੋਟਿੰਗ ਦਿੱਤੀ ਸੀ ਜੀ, ਉਹਨਾਂ ਸਾਰੀਆਂ ਪਾਰਟੀਆਂ ਦਾ ਹੀ ਇਹ ਫਰਜ਼ ਬਣਦਾ ਹੈ ਕਿ ਉਹ ਆਂਧਰਾ ਪ੍ਰਦੇਸ਼ ਨੂੰ ਇੱਕ ਵਿਸ਼ੇਸ਼ ਆਰਥਿਕ ਪੈਕੇਜ ਦੇ ਕੇ ਇਹਨੂੰ ਸੰਕਟ 'ਚੋਂ ਕੱਢਿਆ ਜਾਵੇ। ਕਿਉਂਕਿ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਜਿਹੜੀ ਭਾਵੇਂ ਹੁਣ ਵੀ ਹੈਗੀ ਹੈ, ਸਾਂਝੀ ਰਾਜਧਾਨੀ ਹੈ ਹੈਦਰਾਬਾਦ ਜੀ, ਲੇਕਿਨ ਵੰਡ ਦੇ ਵਿੱਚੋਂ ਚਲੀ ਗਈ ਹੈ ਤੇਲੰਗਾਨਾ ਨੂੰ, ਅਤੇ ਉਹਨਾਂ ਨੂੰ ਨਵੀਂ ਰਾਜਧਾਨੀ ਵੀ ਬਣਾਉਣੀ ਪੈਣੀ ਹੈ ਅਮਰਾਪਤੀ, ਕਹਿੰਦੇ ਵੀ ਸਾਨੂੰ ਉਹਦੇ ਵਾਸਤੇ ਵੀ ਕੋਈ ਪੈਸਾ ਧੇਲਾ ਨਹੀਂ ਦਿੱਤਾ। BJP ਵੀ ਕਿਉਂਕਿ ਆਂਧਰਾ ਦੀ ਵੰਡ ਦੇ ਹੱਕ ਵਿੱਚ ਸੀ, ਇਹਨੇ ਵੀ ਵੋਟ ਪਾਈ ਹੈ ਜੀ, ਅਤੇ ਉਹ ਚੋਣਾਂ ਤੋਂ ਪਹਿਲਾਂ ਕਹਿੰਦੇ ਸਾਨੂੰ ਇਹਨਾਂ ਨੇ ਭਰੋਸਾ ਵੀ ਦਵਾਇਆ ਸੀ ਵੀ ਤੁਹਾਨੂੰ ਮਦਦ ਦੇਵਾਂਗੇ,
ਪਰ ਮਦਦ ਨਹੀਂ ਦਿੱਤੀ। ਨਾਲ ਹੀ ਚੰਦਰ ਬਾਬੂ ਨਾਇਡੂ ਨੇ ਇੱਕ ਹੋਰ ਕਹਿਤਾ, ਕਹਿੰਦਾ ਵਾਈ ਐਸ ਆਰ ਕਾਂਗਰਸ ਜੀ, ਜਗਨ ਮੋਹਨ ਰੈਡੀ ਦੀ ਜਿਹੜੀ ਕਾਂਗਰਸ ਹੈ, ਉਹ ਕਾਂਗਰਸ ਕਹਿੰਦਾ ਉੱਥੇ ਹੈਗੀ ਆਂਧਰਾ ਪ੍ਰਦੇਸ਼ 'ਚ, ਵੀ ਦੂਜੀ ਕਾਂਗਰਸ ਤਾਂ ਲਗਭਗ ਮਰੀ ਵੀ ਹੈ। ਅਤੇ ਉਸ ਕਾਂਗਰਸ ਨੇ ਕਹਿੰਦਾ ਵੀ ਪਹਿਲਾਂ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਵੇਲੇ ਵੀ ਵੋਟਾਂ ਬੀਜੇਪੀ ਨੂੰ ਪਾਈਆਂ, ਅਤੇ ਹੁਣ ਵੀ ਉਸ ਕਾਂਗਰਸ ਦੇ ਵਾਈ ਐਸ ਆਰ ਕਾਂਗਰਸ ਦੇ ਲੀਡਰਾਂ ਦੀ ਪੁੱਛਗਿੱਛ ਕਹਿੰਦੇ ਪ੍ਰਧਾਨ ਮੰਤਰੀ ਆਫਿਸ ਦੇ ਵਿੱਚ ਵਾਹਵਾ ਆਉਣੀ ਜਾਣੀ ਹੈ। ਅਤੇ ਨਾਲ ਅਗਲੀ ਗੱਲ ਵੀ ਕਹਿਤੀ, ਕਹਿੰਦੇ ਕਈ ਹਜ਼ਾਰ ਕਰੋੜ ਰੁਪਏ ਦਾ ਵਿਜੀਲੈਂਸ ਆਪਣਾ ਤੁਹਾਡਾ ਸੀ ਬੀ ਆਈ ਦਾ ਕੇਸ ਵੀ ਚੱਲਦਾ, ਅਤੇ ਹਰ ਹਫ਼ਤੇ ਪੇਸ਼ੀਆਂ ਭੁਗਤਣ ਜਾਣਾ ਪੈਂਦਾ ਜਗਨ ਮੋਹਨ ਨੂੰ। ਇਸ ਵਾਸਤੇ ਉਹ ਵੀ ਇੱਕ ਲਗਾਮ ਪਿਆ ਉਹਨਾਂ ਦੇ ਗੱਲ ਦੇ ਵਿੱਚ, ਉਹ ਲਗਾਮ ਵੀ ਬੀਜੇਪੀ ਖਿੱਚਦੀ ਹੈ। ਅਤੇ ਕਹਿੰਦੇ ਵੀ ਸਾਡੀ ਕੀਮਤ ਦੇ ਉੱਤੇ ਉਹਨਾਂ ਨੂੰ ਇੱਕ ਹੋਰ ਉੱਥੇ ਸਾਥੀ ਮਿਲ ਗਏ ਹੈ ਜੀ, ਇਸ ਲਈ ਉਹਨਾਂ ਨੇ ਸਾਡੀ ਕੋਈ ਬਹੁਤੀ ਪੁੱਛਗਿੱਛ ਨਹੀਂ ਕੀਤੀ ਅਤੇ ਮੈਨੂੰ ਐਨ ਡੀ ਏ ਚੋਂ ਬਾਹਰ ਆਉਣਾ ਪੈ ਗਿਆ, ਉਹਨੇ ਇਹ ਗੱਲ ਕਹੀ। ਔਰ ਇਹੀ ਗੱਲ ਜਿਹੜੀ ਚੰਦਰ ਬਾਬੂ ਨਾਇਡੂ ਨੇ ਜਨਤਕ ਤੌਰ ਤੇ ਕਹਿਤੀ ਹੈ ਐਨ ਡੀ ਏ ਚੋਂ ਬਾਹਰ ਆਉਣ ਤੇ, ਐਨ ਡੀ ਏ ਦੇ ਵਿੱਚ ਹੁੰਦਿਆਂ ਲਗਭਗ ਇਹੋ ਹੀ ਪ੍ਰਭਾਵ ਜੀ ਉਧਵ ਠਾਕਰੇ ਦੇ ਬਿਆਨਾਂ ਤੋਂ ਆਉਂਦੀ ਹੈ, ਜਿਹੜੇ ਸ਼ਿਵ ਸੈਨਾ ਦੇ ਆਗੂ ਹੈ ਜੀ। ਉਹ ਵੀ ਇਹੀ ਗੱਲ ਕਹਿੰਦੇ ਆ ਵੀ ਸਾਡੇ ਨਾਲ ਜਿਹੜਾ ਹੈਗਾ ਮਤਰੇਈ ਮਾਂ ਵਾਲਾ ਸਕੂਲ ਸ਼ੁਰੂ ਕੀਤਾ ਜਾਂਦਾ ਹੈ, ਕਹਿੰਦੇ ਸਾਡਾ ਆਧਾਰ ਹੈ ਜਿਹੜਾ ਉਹ ਸਾਡੇ ਆਧਾਰ ਦੇ ਉੱਤੇ ਅਟੈਕ ਕਰ ਰਹੀ ਹੈ ਬੀਜੇਪੀ ਜੀ। ਤੇ ਉਸ ਮਤਲਬ ਆਪਾਂ ਕਹਿ ਸਕਦੇ ਹਾਂ ਸਰਜੀਕਲ ਸਟ੍ਰਾਈਕ ਮਹਾਰਾਸ਼ਟਰ 'ਚ ਕਰਕੇ ਜਿਹੜਾ ਉਹਦਾ ਬੇਸ ਹੈ ਸ਼ਿਵ ਸੈਨਾ ਦਾ, ਉਸ ਬੇਸ ਨੂੰ ਵੀ ਉਹ ਖਾ ਰਹੇ ਹੈ, ਆਪਦੇ 'ਚ ਮਿਲਾ ਰਹੇ ਹੈ ਜੀ। ਹੁਣ ਜਦੋਂ ਦੇਖਿਆ ਕਿ ਹਾਲਾਤ ਤਾਂ ਬੜੇ ਪੇਚੀਦਾ ਹੋ ਗਏ ਤਾਂ ਕਰੀਏ ਕੀ, ਫਿਰ ਉਹਨਾਂ ਨੇ ਇੱਕ ਨਵਾਂ ਫਾਰਮੂਲਾ ਹੁਣ ਉਹਨਾਂ ਦੇ ਸਾਹਮਣੇ ਆ ਗਿਆ। ਜਿਹੜੇ ਸਾਡੇ ਰਾਜ ਸਭਾ ਦੇ ਉਪ ਚੇਅਰਪਰਸਨ ਹੈ, ਉਪ ਚੇਅਰਮੈਨ ਜੀ ਕੋਰੀਅਨ ਸਾਹਿਬ, ਉਹਨਾਂ ਨੇ ਅਗਲੇ ਦਿਨਾਂ 'ਚ ਰਿਟਾਇਰ ਹੋਣਾ। ਅਤੇ ਐਨ ਡੀ ਏ ਦੇ ਕੋਲ ਸਾਰੀਆਂ ਜੇ ਆਪਾਂ ਦੇਖੀਏ ਸੀਟ ਵੋਟਾਂ ਚੰਗੀਆਂ ਰਾਜ ਸਭਾ ਦੇ ਵਿੱਚ, ਅਤੇ ਇਹ ਵੀ ਹੈਗੀ ਹੈ ਵੀ ਜਿਹੜੀ ਸਰਕਾਰ ਹੁੰਦੀ ਹੈ ਕਈ ਵਾਰੀ ਛੋਟੀਆਂ ਪਾਰਟੀਆਂ ਨੂੰ ਜੁਰਕਾ ਜੁਰਕੂ ਕੇ ਪਲੋਸ ਕੇ ਜੀ ਉਹਨਾਂ ਦੀਆਂ ਵੋਟਾਂ ਹਾਸਲ ਕਰ ਹੀ ਲੈਂਦੀ ਹੈ। ਸੋ ਹੁਣ ਭਾਵੇਂ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਹੈ ਜੀ, ਆਮ ਤੌਰ 'ਤੇ ਰਵਾਇਤ ਪਹਿਲਾਂ ਤਾਂ ਇਹ ਹੁੰਦੀ ਸੀਗੀ ਵੀ ਜਿਹੜੀ ਮੁੱਖ ਵਿਰੋਧੀ ਪਾਰਟੀ ਹੈ ਉਹਨੂੰ ਦੇ ਦਿਓ, ਉਹਦਾ ਆਪਾਂ ਵੇਖਿਆ ਵੀ ਸਪੀਕਰ ਡਿਪਟੀ ਸਪੀਕਰ ਦਾ, ਉਹਦਾ ਵੀ ਆਮ ਤੌਰ 'ਤੇ ਵਿਰੋਧੀ ਧਿਰ ਨੂੰ ਦੇ ਦਿੰਦੇ, ਪਰ ਹੁਣ ਇਹਨਾਂ ਨੇ ਕਰ ਲਿਆ ਕਿ ਕਾਂਗਰਸ ਦੀ ਬਜਾਏ ਜੇ ਉਪ ਚੇਅਰਪਰਸਨ ਦਾ ਅਹੁਦਾ ਸ਼ਿਵ ਸੈਨਾ ਨੂੰ ਦੇ ਦਿੱਤਾ ਜਾਵੇ ਤਾਂ ਸ਼ਿਵ ਸੈਨਾ ਬਿਰ ਸਕਦੀ ਹੈ। ਠੀਕ ਹੈ, ਉਹ ਫਿਰ ਉਹਨੇ ਪੇਸ਼ਕਸ਼ ਕੀਤੀ ਹੈ ਜੀ ਤੁਹਾਨੂੰ ਉਪ ਚੇਅਰਮੈਨ ਬਣਾ ਦੇਈਏ, ਆ ਜਾਓ ਤੁਸੀਂ। ਅਜੇ ਤੱਕ ਹਾਂ ਨਹੀਂ ਕਹੀ ਸ਼ਿਵ ਸੈਨਾ ਨੇ। ਹਾਂ ਕਿਉਂ ਨਹੀਂ ਕਹੀ? ਕਿਉਂਕਿ ਇੱਕ ਤਾਂ ਸ਼ਿਵ ਸੈਨਾ ਨੂੰ ਇਸ ਗੱਲ ਦਾ ਪਤਾ ਕਿ ਹੁਣ ਇਹ ਬੇੜਾ ਡੁੱਬਦਾ ਜਾਂਦਾ, ਇਹਦੇ 'ਚ ਚੜ੍ਹਨ ਦਾ ਕੋਈ ਫਾਇਦਾ ਨਹੀਂ। ਅਗਲੀ ਗੱਲ ਇਹ ਹੈ ਕਿ ਜਿਸ ਬੰਦੇ ਨੂੰ ਇਹ ਭਾਰਤੀ ਜਨਤਾ ਪਾਰਟੀ ਵਾਲੇ ਉਪ ਚੇਅਰਮੈਨ ਬਣਾਉਣਾ ਚਾਹੁੰਦੇ ਹੈ ਜੀ, ਉਹ ਤੋਂ ਕੋਈ ਸੀਨੀਅਰ ਹੈਗੇ ਆ ਜਾਂ ਉਹਦੇ ਬਰਾਬਰ ਦੇ ਹੈਗੇ ਆ, ਤੇ ਸ਼ਿਵ ਸੈਨਾ ਦੀ ਲੀਡਰਸ਼ਿਪ ਫਿਰ ਇਹ ਵੀ ਸੋਚਦੀ ਹੈ ਜੇ ਇੱਕ ਬੰਦੇ ਨੂੰ ਬਣਾ ਲਿਆ ਜੀ, ਇੱਕ ਬੰਦਾ ਤਾਂ ਸੈਟਿਸਫਾਈ ਹੋਜੂ ਤੇ ਰੁੱਸ ਗਈ ਜਾਣਗੇ। ਇਸ ਕਰਕੇ ਉਹ ਹਾਲੇ ਦੁਬਦਾ 'ਚ ਹੈ, ਉਹਨਾਂ ਨੇ ਜੁਆਇਨ ਕਰਨਾ ਕਿ ਨਹੀਂ ਕਰਨਾ, ਇਸ ਐਨ ਡੀ ਏ ਦੇ ਵਿੱਚ ਰਹਿ ਕੇ ਰਾਜ ਸਭਾ ਦੀ ਉਪ ਚੇਅਰਮੈਨ ਹੀ ਲੈਣੀ ਹੈ ਕਿ ਨਹੀਂ ਲੈਣੀ, ਇਹ ਅਜੇ ਤੱਕ ਦੁਬਦਾ ਦੇ ਵਿੱਚ ਉਹਨਾਂ ਨੇ ਕੋਈ ਫੈਸਲਾ ਨਹੀਂ ਕੀਤਾ। ਲੇਕਿਨ ਭਾਰਤੀ ਜਨਤਾ ਪਾਰਟੀ ਜੇ ਹੁਣ ਇੱਥੋਂ ਤੱਕ ਪਹੁੰਚ ਗਈ ਹੈ ਜੀ, ਤਾਂ ਫਿਰ ਇਹ ਸਮਝਣਾ ਕੋਈ ਬਹੁਤਾ ਮੁਸ਼ਕਿਲ ਨਹੀਂ ਕਿ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ 2019 ਦੇ ਵਿੱਚ ਕੰਗੋ ਦੀ ਕਟੋਰੀ ਪੈਣੀ ਸੌਖੀ ਨਹੀਂ ਜੀ।